ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਖਰੀਆਂ ਦੇ ਵਿੱਚ ਗੱਲ ਕਰਾਂਗੇ ਜੀ ਐਚ ਐਸ ਫੁਲਕਾ ਸਾਹਿਬ ਦੀ। ਫੁਲਕਾ ਸਾਹਿਬ ਨੇ ਆਮ ਆਦਮੀ ਪਾਰਟੀ ਨੂੰ ਤਿਆਗ ਦਿੱਤਾ ਹੈ ਔਰ ਆਮ ਆਦਮੀ ਪਾਰਟੀ ਨੂੰ ਤਿਆਗਣ ਤੋਂ ਬਾਅਦ ਇੱਕ ਕੀਤੀ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮੈਂ ਕਿਸ ਕਿਸ ਚੀਜ਼ 'ਤੇ ਕੰਮ ਕਰ ਰਿਹਾ ਔਰ ਕਿਹੜੇ ਕਿਹੜੇ ਅਜਿਹੇ ਮੁੱਦੇ ਹੋਣਗੇ ਜਿਨ੍ਹਾਂ ਨੂੰ ਮੈਂ ਗੰਭੀਰਤਾ ਨਾਲ ਲਵਾਂਗਾ। ਲੇਕਿਨ ਫੁਲਕਾ ਸਾਹਿਬ, ਇੱਕ ਗੱਲ ਜ਼ਰੂਰ ਹੈ ਕਿ ਤੁਹਾਡੇ ਵਰਗੇ ਇਮਾਨਦਾਰ ਲੋਕਾਂ ਦੀ, ਤੁਹਾਡੇ ਵਰਗੇ ਇਮਾਨਦਾਰ ਪਰਸਨੈਲਿਟੀਜ਼ ਦੀ ਸਮਾਜ ਨੂੰ ਬੜੀ ਜ਼ਰੂਰ ਹੈ, ਪਰ ਤੁਸੀਂ ਆਉਂਦਿਆਂ ਬੜੀ ਦੇਰ ਕਰ ਦਿੱਤੀ ਹੈ ਕਿਉਂਕਿ ਲੋਕ ਇਸ ਸਮੇਂ ਤੁਹਾਡੇ ਵਰਗੇ ਇਮਾਨਦਾਰ ਇਨਸਾਨਾਂ ਦੀ ਤਲਾਸ਼ ਵਿੱਚ ਨੇ। ਹਜ਼ੂਰ ਆਤੇ ਆਤੇ ਬਹੁਤ ਦੇਰ ਕਰ ਦੀ। ਖੈਰ ਫੁਲਕਾ ਸਾਹਿਬ, ਗੱਲ ਇੱਦਾਂ ਹੈ ਕਿ ਦੇਰ ਆਏ ਦਰੁਸਤ ਆਏ, ਪਰ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਜੋ ਗੱਲਾਂ ਕੀਤੀਆਂ ਨੇ ਨਾ, ਸੱਚ ਪੁੱਛੋ, ਵਿਰੋਧੀਆਂ ਨੇ ਜਦੋਂ ਪੂਰੀ ਦੀ ਪੂਰੀ ਪ੍ਰੈਸ ਕਾਨਫਰੰਸ ਸੁਣੀ ਤਾਂ ਉਹ ਕੁਰਸੀ ਤੋਂ ਉੱਠ ਕੇ ਖੜ੍ਹੇ ਹੋ ਗਏ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸਤ ਤੋਂ ਦੂਰ ਹੋ ਜਾਵੇ ਔਰ ਇਹਦੀ ਕੋਸ਼ਿਸ਼ ਕਰਨਗੇ ਐਚ ਐਸ ਫੁਲਕਾ ਸਾਹਿਬ। ਕੀ ਕਿਹਾ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਫੁਲਕਾ ਸਾਹਿਬ ਨੇ, ਤੁਸੀਂ ਵੀ ਸੁਣੋ। ਇਹ ਸਿਖਲਾਇਆ ਕਿ ਜੋ ਫੈਸਲਾ 2012 ਮੇਂ ਕੀਆ ਗਿਆ ਥਾ ਕਿ ਇਸ ਮੂਵਮੈਂਟ ਕੋ ਪੋਲੀਟਿਕਸ ਮੇਂ, ਪੋਲੀਟੀਕਲ ਪਾਰਟੀ ਮੇਂ ਕਨਵਰਟ ਕੀਆ ਜਾਏ, ਮੇਰਾ ਜੋ ਆਪਣਾ ਵਿਚਾਰ ਹੈ ਕਿ ਸ਼ਾਇਦ ਉਹ ਫੈਸਲਾ ਸਹੀ ਨਹੀਂ ਥਾ। ਮੂਵਮੈਂਟ ਕੋ ਵਹੀਂ ਪੇ ਚੱਲਣਾ ਚਾਹੀਏ ਥਾ, ਪੋਲੀਟੀਕਲ ਪਾਰਟੀਜ਼ ਵਹਾਂ ਸੇ ਨਿਕਲਤੀ ਔਰ ਲੋਕ ਵਹਾਂ ਸੇ ਪੋਲੀਟਿਕਸ ਮੇਂ ਜਾਤੇ, ਮਗਰ ਮੂਵਮੈਂਟ ਕੋ ਖਤਮ ਨਹੀਂ ਹੋਣਾ ਚਾਹੀਦਾ। ਮੇਰਾ ਸਭ ਸੇ ਬੜਾ ਜੇ ਅਸਤੀਫਾ ਦੇਣੇ ਕਾ ਕਾਰਨ ਹੈ ਕਿ ਹਮ ਫਿਰ ਸੇ ਵਹੀ ਕਾਮ ਕਰਨਾ ਚਾਹਤੇ ਹੈ ਕਿ ਵਹੀ ਉਸੀ ਤਰ੍ਹਾਂ ਕੀ ਅੰਨਾ ਹਜ਼ਾਰੇ ਜੈਸੀ ਇੱਕ ਮੂਵਮੈਂਟ ਖੜੀ ਕਰੇ। ਕਈ ਲੋਕ ਜੋ ਆਮ ਆਦਮੀ ਪਾਰਟੀ ਮੇਂ ਸੋਸ਼ਲ ਵਰਕਰ ਗਏ ਥੇ, ਵੋ ਸ਼ਾਇਦ ਪੋਲੀਟਿਕਸ ਸੇ ਕਈ ਲੋਕ ਬਾਹਰ ਆ ਗਏ। ਸਿਰਫ ਇਹੀ ਲੋਕ ਨਹੀਂ ਬਲਕਿ ਔਰ ਵੀ ਜਹਾਂ ਵੀ ਜੋ ਵੀ ਸੰਗਠਨ ਜਹਾਂ ਜਹਾਂ ਪੇ ਬੈਠੇ ਹੈ, ਜੋ ਸਮਾਜ ਸੇਵਾ ਮੇਂ ਕਾਮ ਕਰ ਰਹੇ ਹੈ, ਆਜ ਬਹੁਤ ਜ਼ਰੂਰਤ ਹੈ, ਬਹੁਤ ਜ਼ਰੂਰਤ ਹੈ ਲੀਗਲ ਫੀਲਡ ਮੇਂ, ਯੇ ਕਾਨੂੰਨ ਮੇਂ, ਕਿਉਂਕਿ ਵਕੀਲੋਂ ਕੀ ਫੀਸੇ ਇਤਨੀ ਬੜੀ ਹੈ ਆਮ ਆਦਮੀ ਅਫੋਰਡ ਨਹੀਂ ਕਰ। ਮੈਂ ਜੇ ਸੰਗਠਨ ਜੋ ਬਣਾਉਣਾ ਹੈ, ਇਸਦੀ ਸ਼ੁਰੂਆਤ ਪੰਜਾਬ ਸੇ ਕਰੂੰਗਾ। ਪੰਜਾਬ ਦੇ ਹਮ ਜੇ ਨਸ਼ੇ ਦੇ ਖਿਲਾਫ ਔਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇੱਕ ਇਤਨੀ ਬੜੀ ਸੰਸਥਾ ਹੈ ਜੋ ਪੰਜਾਬ ਮੇਂ ਚਾਹੇ ਤੋ ਬਹੁਤ ਕੁਛ ਕਰ ਸਕਤੀ ਹੈ ਔਰ ਇਤਨੇ ਰਿਸੋਰਸਿਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪਾਸ ਕਿ ਵੋ ਪੰਜਾਬ ਮੇਂ ਐਜੂਕੇਸ਼ਨ ਔਰ ਹੈਲਥ ਕੇ ਉੱਪਰ ਬਹੁਤ ਕੰਮ ਕਰ ਸਕਤੀ ਹੈ ਕਿਉਂਕਿ ਪੰਜਾਬ ਸਰਕਾਰ ਤੋਂ ਫੇਲ ਹੋ ਗਈ। ਪੰਜਾਬ ਸਰਕਾਰ ਦੇ ਐਜੂਕੇਸ਼ਨ ਹੈਲਥ ਕੇ ਸੈਕਟਰ ਮੇਂ ਕੋਈ ਐਸੀ ਤਰੱਕੀ ਨਹੀਂ ਕੀ ਜਿਤਨੀ ਕਰਨੀ ਚਾਹੀਏ ਥੀ। ਅਬ ਹਮਾਰੀ ਉਮੀਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇ ਹੈ। ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲ ਦੇ ਔਰ ਸਾਰੀ ਦੁਨੀਆ ਮੇਂ ਐਨ ਆਰ ਆਈ ਬੈਠੇ ਹੈ, ਸਾਰੀ ਦੁਨੀਆ ਮੇਂ ਪੰਜਾਬੀ ਬੈਠੇ ਹੈ, ਜੋ ਆ ਕੇ ਪੰਜਾਬ ਕੀ ਜੇ ਵਿਵਸਥਾ ਜੋ ਐਜੂਕੇਸ਼ਨ ਔਰ ਹੈਲਥ ਕੋ ਉੱਪਰ ਉਠਾਏਂਗੇ। ਪਰ ਬੜੇ ਅਫਸੋਸ ਕੀ ਬਾਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਪਿਛਲੇ ਕਈ ਦਹਾਕੇ ਸੇ ਇੱਕ ਪੋਲੀਟੀਕਲ ਪਾਰਟੀ ਕੇ ਕਬਜ਼ੇ ਮੇਂ ਹੈ ਔਰ ਵੋ ਪੋਲੀਟੀਕਲ ਪਾਰਟੀ ਸਿਰਫ ਔਰ ਸਿਰਫ ਇਸ ਕੋ ਆਪਣੇ ਪੋਲੀਟੀਕਲ ਹਿੱਤ ਕੇ ਲਈ ਬਦਲੇ, ਵੋ
ये एचईपीसी को वरत रहे हैं। सबसे पहले मेरी प्लान, क्योंकि पंजाब के लोग जानना चाहते हैं मेरी फ्यूचर प्लान क्या है, सबसे पहले पंजाब में आके संगठन बनाना। एक संगठन हमने बनाना नशा, पंजाब में नशे के खिलाफ लड़ाई लड़ने के लिए। दूसरा संगठन हमने बनाना एचईपीसी का सियासीकरण खत्म करने के लिए। ये एचईपीसी एक धार्मिक बॉडी है, ये धार्मिक लोग और समाज सेवियों के हाथों में होनी चाहिए, ये सियासी लोगों के हाथों में नहीं। जो अपने पॉलिटिकल मोटिव से इसको आगे बढ़ाएं, इसको आगे लेके जाएं हिंदुओं का, और वहां पे जो रिलीजियस लोग हैं उनका। और मैं एक बात क्लियर कर दूं, मैं खुद एचईपीसी के इलेक्शन नहीं लड़ूंगा, मैं खुद नहीं लड़ूंगा, मगर एक ऐसा संगठन बनाएंगे ताकि एचईपीसी को ये सियासीकरण से बाहर निकाल के पंजाब के फायदे के लिए, पंजाब के गरीबों के फायदे के लिए ये इसको बरता जाए और इसके उसकी तरफ ये काम किया जाए। जानना चाहते हैं कि मैं लोकसभा के इलेक्शन लड़ूंगा कि नहीं। बहुत से लोग मुझे ये कह रहे हैं कि आप अब खास करके सज्जन कुमार को जेल भेजने के बाद कि आप कहीं से भी खड़े हो जाओ, इंडिपेंडेंट खड़े हो जाओ, आप जीत जाओगे। मुझे पता है, मुझे मान है पंजाब के लोगों पे, और मैं शुक्रगुजार हूं आपका, बहुत धन्यवादी हूं, मुझे पता है मुझे जिता दोगे। मगर ये इतनी बड़ी सज्जन कुमार की जीत, सज्जन कुमार को जेल भेजने की इतनी बड़ी जीत को मैं अपनी एक पदवी के लिए नहीं बचना चाहता। मैं लोकसभा के इलेक्शन, फुलका साहब वाकई इन चीजों की जरूरत है। और खास करके जो श्रोमणी गुरुद्वारा प्रबंधक कमेटी की गल करिए, तो कांग्रेस पार्टी भी लगी हुई है कि इसनों सियासी लोगों तो दूर रखा जाए, ताकि श्रोमणी गुरुद्वारा प्रबंधक कमेटी पंजाब लई एक लाभवंद साबित हो सकती। फॉर न्यू अपडेट्स प्लीज सब्सक्राइब A1 न्यूज एंड क्लिक द बेल आइकन।